ਤੁਸੀਂ ਉਹ ਸਾਰੀਆਂ ਗੱਲਾਂ ਨਹੀਂ ਕਰਦੇ। ਅੱਜ ਸਟੀਲ ਦੇ ਪ੍ਰਾਈਸਿਸ ਡਬਲ ਹੋ ਗਏ ਪਰ ਤੁਸੀਂ ਲੋਕੀ ਇੰਡਸਟਰੀ ਦੀ ਆਵਾਜ਼ ਹੀ ਨਹੀਂ ਚੱਕ ਰਹੇ। ਯਾਦ ਕਰਦੇ ਹਾਂ 2004-2008 ਜਦੋਂ ਅਸੀਂ ਐਜੀਟੇਸ਼ਨਾਂ ਕਰਦੇ ਸੀਗੇ ਅਤੇ ਸਿੱਧਾ ਸਾਨੂੰ PMO ਤੋਂ ਕਾਲ ਆਉਂਦੀ ਸੀ, ਪ੍ਰਧਾਨ ਮੰਤਰੀ ਸਾਡੇ ਨਾਲ ਮੀਟਿੰਗ ਕਰਦੇ ਹੁੰਦੇ ਸੀ ਔਰ ਅਸੀਂ ਹੱਲ ਕੱਢ ਕੇ ਲਿਆਉਂਦੇ ਹੁੰਦੇ ਸੀ। ਜਿੱਥੇ ਕਮਜ਼ੋਰੀ ਕਹਿ ਦਈਏ ਪ੍ਰਧਾਨਾਂ ਦੀ ਹੈ, ਬਿਲਕੁਲ ਹੈ, ਔਰ ਨਾਲ ਨਾਲ ਹੀ ਜਿਹੜੇ ਹਾਲਾਤ ਵੀ ਐਸੇ ਹੋ ਗਏ ਨੇ ਕੋਵਿਡ ਕਰਕੇ ਪਿਛਲੇ ਇੱਕ ਸਾਲ ਤੋਂ, ਔਰ ਇਹ ਫੈਸਲਾ ਲਿਆ ਗਿਆ ਕਿ 2-4 ਦਿਨ ਦੇ ਵਿੱਚ ਕੋਵਿਡ ਦੀ ਪਾਲਣਾ ਕਰਦੇ ਹੋਏ ਕੋਈ ਲੰਬਾ ਇਕੱਠ ਨਹੀਂ ਕਰਾਂਗੇ, 8-10 ਬੰਦੇ ਹੀ ਅਸੀਂ ਹੱਟੀਆਂ ਲੈ ਕੇ ਵਿਸ਼ਕਰਮਾ ਚੌਂਕ ਬਹਿਣ ਦਾ ਫੈਸਲਾ ਕਰ ਲਿਆ। ਜਿਹੜੇ ਲੋਕਲ ਸਟੀਲ ਪ੍ਰੋਡਿਊਸਰ ਜਿਹੜੇ ਕਿ ਸਾਡੀ ਰੀੜ੍ਹ ਦੀ ਹੱਡੀ ਨੇ, ਜਿੱਥੋਂ ਕਿ ਅਸੀਂ ਮੇਜਰ ਰਾ ਮਟੀਰੀਅਲ ਪ੍ਰਕਿਓਰ ਕਰਦੇ ਹਾਂ, ਇਹਨਾਂ ਨੇ ਵੀ ਬਹਿੰਦੀ ਗੰਗਾ 'ਚ ਹੱਥ ਧੋਏ ਨੇ, ਇਹਨਾਂ ਨੇ ਵੀ ਸਾਨੂੰ ਲੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਤੁਸੀਂ ਕਹਿ ਰਹੇ ਹੋ ਖਰਬੂਜੇ ਨੂੰ ਦੇਖ ਕੇ ਖਰਬੂਜੇ ਨੇ ਰੰਗ ਬਦਲਿਆ, ਰੰਗ ਵੀ ਬਦਲਿਆ ਔਰ ਐਸਾ ਬਦਲਿਆ ਕਿ ਸਾਨੂੰ ਮਤਲਬ ਕਹਿੰਦੇ ਨੇ ਪਾਣੀ ਬਿਨਾਂ ਪਾਣੀ ਪਿਲਾ ਕੇ ਕੁੱਟ ਕੁੱਟ ਕੇ ਮਾਰਦੇ ਪਏ ਹੈ। ਮਤਲਬ ਟੋਟਲ ਜਿਹੜੇ ਲੁਧਿਆਣੇ ਦੇ ਪੰਜਾਬ ਦੇ MSC ਸੀਗੇ ਇਹਨਾਂ ਨੂੰ ਲੁੱਟਣਾ ਸ਼ੁਰੂ ਕਰਤਾ ਹੋਇਆ, ਔਰ ਇਹ ਲੁੱਟ ਸੁੱਟ ਜਿਹੜੀ ਅਸੀਂ ਲੋਕਲ ਪ੍ਰਸ਼ਾਸਨ ਨੂੰ CM ਸਾਹਿਬ ਤੋਂ ਵੀ ਮੰਗ ਕਰਦੇ ਹਾਂ ਕਿ ਮੁਨਾਫਾਖੋਰੀ ਆਪਣੇ ਆਪ 'ਚ ਜੁਰਮ ਹੈ, ਇਹ ਮੁਨਾਫਾਖੋਰੀ ਰੋਕੀ ਜਾਵੇ। ਪ੍ਰਧਾਨਾਂ ਦੇ ਤਾਂ ਸ਼ਾਇਦ ਕੋਟੇ ਲੱਗ ਗਏ ਆ ਅਤੇ ਪ੍ਰਧਾਨ ਹੁਣ ਇਸ ਲਈ ਆਵਾਜ਼ਾਂ ਨਹੀਂ ਚੱਕਦੇ। ਜਦ ਤੱਕ ਪੁੱਤ ਨਹੀਂ ਨਾ ਰੋਂਦਾ ਮਾਂ ਵੀ ਦੁੱਧ ਨਹੀਂ ਦਿੰਦੀ, ਐਜੀਟੇਸ਼ਨ ਕਰਨੀ ਪੈਣੀ ਹੈ ਔਰ ਇਹ ਐਜੀਟੇਸ਼ਨ ਦਾ ਐਲਾਨ ਅੱਜ ਥਰੂ ਜਨਤੈਸ਼ੀ ਅਸੀਂ ਐਲਾਨ ਕਰ ਰਹੇ ਹਾਂ। ਫਾਸਟਨਰ ਮੈਨੂਫੈਕਚਰ ਐਸੋਸੀਏਸ਼ਨ ਆਫ ਇੰਡੀਆ ਉੱਥੇ ਖੜੀ ਹੋਊਗੀ। ਮੈਂ ਤੁਹਾਡੇ ਮਾਰਫਤ ਆਪਣੇ ਲਾਈਕ ਮਾਈਂਡਡ ਦੋਸਤਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਵੀ ਅਸੀਂ ਪ੍ਰੋਗਰਾਮ ਲਿਖੀਏ ਉਹ ਸਾਡਾ ਆਪਣਾ ਇੰਡੀਵਿਜੁਅਲ ਪ੍ਰੋਗਰਾਮ ਨਹੀਂ, ਅਸੀਂ ਵਾਹਵਾ ਕੋਈ ਨਹੀਂ ਖੱਟਣੀ। ਗੱਲ ਇਹ ਹੈ ਕਿ ਵੇਅਰ ਦੇਅਰ ਇਜ਼ ਏ ਵਿਲ ਦੇਅਰ ਇਜ਼ ਏ ਵੇ, ਪਹਿਲਾਂ ਵਿਲ ਤਾਂ ਕ੍ਰੀਏਟ ਕਰੋ, ਲੋਕੀ ਤਾਂ ਇਹ ਕਹਿ ਰਹੇ ਕਿ ਹੁਣ ਵਿਲ ਹੀ ਨਹੀਂ ਹੈਗੀ ਪ੍ਰਧਾਨਾਂ ਦੀ। ਸੋ ਇਹ ਵੀ ਕੋਈ ਆਜ਼ਾਦੀ ਦੀ ਲੜਾਈ ਵਰਗੀ ਲੜਾਈ ਲੜਨੀ ਪਊਗੀ ਕਿ ਇਹ ਹਰ ਵਾਰ ਲਈ ਇਹਦਾ ਕੋਈ ਪਰਮਾਨੈਂਟ ਸਲੂਸ਼ਨ ਨਹੀਂ ਹੈਗਾ। ਡਾਕਟਰ ਮਨਮੋਹਨ ਸਿੰਘ ਬੜੇ ਇਕੋਨੋਮਿਸਟ ਸੀਗੇ, ਲੁਧਿਆਣੇ ਆਏ, ਅਸੀਂ ਉਹਨਾਂ ਨੂੰ ਸਟੀਲ ਰੈਗੂਲੇਟਰ ਬਾਰੇ ਗੱਲ ਕੀਤੀ, ਉਹ ਸਟੀਲ ਰੈਗੂਲੇਟਰ ਦੀ ਗੱਲ ਮੰਨ ਕੇ ਗਏ। ਜਾਣੇ ਤਾਂ ਅਸੀਂ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਨ ਜਨ ਕੀ ਬਾਤ ਜਨ ਹਿਤੈਸ਼ੀ ਕੇ ਸਾਥ। ਦੋਸਤੋ ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਅਤੇ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਉਹ ਹੈ ਟ੍ਰੇਡ ਅਤੇ ਇੰਡਸਟਰੀ। ਇੰਡਸਟਰੀ ਦਾ ਰੋ ਮਟੀਰੀਅਲ ਲਗਾਤਾਰ ਵੱਧ ਰਿਹਾ ਹੈ, ਗੱਲ ਕਰੀਏ ਤਾਂ ਸਟੀਲ ਦੀਆਂ ਕੀਮਤਾਂ ਪਿਛਲੇ ਇੱਕ ਮਹੀਨੇ ਦੇ ਵਿੱਚ ਕਹੀ ਜਾ ਰਹੀਆਂ ਕਿ ਲਗਭਗ ਡਬਲ ਦੇ ਕਰੀਬ ਪਹੁੰਚ ਚੁੱਕੀਆਂ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਇੰਡਸਟਰੀ ਅਤੇ ਜਿਹੜੇ ਇੰਡਸਟਰੀ ਦੇ ਜਿਹੜੇ ਸਰਗਨਾ ਹੁੰਦੇ ਸੀਗੇ ਪ੍ਰਧਾਨ ਹੁੰਦੇ ਸੀ ਜਿਹੜੇ 2 ਮਿੰਟ ਤੋਂ ਪਹਿਲਾਂ ਦਰੀਆਂ ਵਿਛਾ ਕੇ ਜਾਂ ਲੁਧਿਆਣਾ ਦੇ ਵਿਸ਼ਕਰਮਾ ਚੌਂਕ 'ਚ ਧਰਨਾ ਲਾਉਣ ਲਈ ਜਾਣੇ ਜਾਂਦੇ ਸੀ, ਅੱਜ ਉਹ ਸਾਰੇ ਪ੍ਰਧਾਨ ਚੁੱਪ ਹੈ, ਆਪਣੇ ਆਪਣੇ ਘਰਾਂ 'ਚ ਬੈਠੇ ਆ, ਫੈਕਟਰੀਆਂ 'ਚ ਬੈਠੇ, ਅਤੇ ਇੰਡਸਟਰੀ ਅਤੇ ਟ੍ਰੇਡ 'ਚ ਇੱਕ ਨਾਰਾਜ਼ਗੀ ਹੈ ਉਹਨਾਂ ਦੇ ਪ੍ਰਤੀ। ਸੋ ਗੱਲਬਾਤ ਕਰਦੇ ਹੈ ਜਿਹੜੇ ਆਲ ਇੰਡੀਆ ਇੰਡਸਟਰੀ ਟ੍ਰੇਡ ਫੋਰਮ ਕਦੀ ਬਣਾਇਆ ਸੀਗਾ ਔਰ ਇੰਡਸਟਰੀ ਦੀ ਲੜਾਈਆਂ ਲੜਨ ਵਾਲੇ ਨਰਿੰਦਰ ਭਵਰਾ ਜੀ। ਭਵਰਾ ਜੀ ਦੱਸੋ, ਲੋਕਾਂ ਦਾ ਤੁਹਾਡੀ ਇੰਡਸਟਰੀ ਦਾ ਤੁਹਾਡੇ 'ਤੇ ਆਰੋਪ ਹੈ ਕਿ ਅੱਜ ਜਿਹੜੇ ਪ੍ਰਧਾਨ ਬਣਨ ਤੋਂ ਬਾਅਦ ਤੁਹਾਡੀਆਂ ਜਿਹੜੀ ਮੋਰਲ ਵੈਲਿਊਜ਼ ਖਤਮ ਹੋ ਗਈਆਂ, ਤੁਸੀਂ ਉਹ ਸਾਰੀਆਂ ਗੱਲਾਂ ਨਹੀਂ ਕਰਦੇ, ਅੱਜ ਸਟੀਲ ਦੇ ਪ੍ਰਾਈਸਿਸ ਡਬਲ ਹੋ ਗਏ ਪਰ ਤੁਸੀਂ ਲੋਕ ਇੰਡਸਟਰੀ ਦੀ ਆਵਾਜ਼ ਹੀ ਨਹੀਂ ਚੱਕ ਰਹੇ, ਕੀ ਰੀਜ਼ਨ ਹੈ? ਬਹੁਤ ਸਾਰੇ ਆਰੋਪ ਲੱਗ ਰਹੇ ਤੁਹਾਡੇ 'ਤੇ। ਸੰਦੀਪ ਜੀ ਨਮਸਕਾਰ, ਦੇਖੋ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਜਿਹੜੇ ਸਾਡੇ ਮੈਂਬਰ ਸ਼ਿਕਵਾ ਕਰ ਰਹੇ ਨੇ ਜਾਇਜ਼ ਕਰ ਰਹੇ ਨੇ, ਕਿਉਂਕਿ ਵਜ੍ਹਾ ਇਹ ਹੈ ਕਿ ਪਿਛਲੇ ਇੱਕ ਸਾਲ ਦੇ ਵਿੱਚ 17 ਤੋਂ ਲੈ ਕੇ 20,000 ਰੁਪਏ ਟਨ ਸਟੀਲ ਦਾ ਰੇਟ ਵੱਧ ਗਿਆ ਔਰ ਕੋਈ ਐਜੀਟੇਸ਼ਨ ਨਹੀਂ ਹੋਈ। ਯਾਦ ਕਰਦੇ ਹਾਂ 2004-2008 ਜਦੋਂ ਅਸੀਂ ਐਜੀਟੇਸ਼ਨਾਂ ਕਰਦੇ ਸੀਗੇ ਅਤੇ ਸਿੱਧਾ ਸਾਨੂੰ PMO ਤੋਂ ਕਾਲ ਆਉਂਦੀ ਸੀ, ਪ੍ਰਧਾਨ ਮੰਤਰੀ ਸਾਡੇ ਨਾਲ ਮੀਟਿੰਗ ਕਰਦੇ ਹੁੰਦੇ ਸੀ ਔਰ ਅਸੀਂ ਹੱਲ ਕੱਢ ਕੇ ਲਿਆਉਂਦੇ ਹੁੰਦੇ ਸੀ। ਬਿਲਕੁਲ ਠੀਕ ਹੈ, ਇਹਦੇ 'ਚ ਜਿੱਥੇ ਕਮਜ਼ੋਰੀ ਕਹਿ ਦਈਏ ਪ੍ਰਧਾਨਾਂ ਦੀ ਹੈ, ਬਿਲਕੁਲ ਹੈ, ਔਰ ਨਾਲ ਨਾਲ ਹੀ ਜਿਹੜੇ ਹਾਲਾਤ ਵੀ ਐਸੇ ਹੋ ਗਏ ਨੇ ਕੋਵਿਡ ਕਰਕੇ ਪਿਛਲੇ ਇੱਕ ਸਾਲ ਤੋਂ ਕਿ ਉਹਦੇ ਨਾਲ, ਕਿਉਂਕਿ ਇੱਕ ਸੋਸ਼ਲ ਡਿਸਟੈਂਸਿੰਗ ਦਾ ਮਸਲਾ ਹੈ ਕਿ ਕਿਤੇ ਕੋਵਿਡ ਨਾ ਹੋ ਜਾਏ, ਸਰਕਾਰ ਵੱਲੋਂ ਹਦਾਇਤਾਂ ਨੇ ਧਰਨੇ ਨਹੀਂ ਲਾ ਸਕਦੇ, ਪਰ ਅਸੀਂ ਆਪਣੇ ਲੈਵਲ 'ਤੇ ਸਟੇਟ ਲੈਵਲ 'ਤੇ ਵੀ ਸੈਂਟਰ ਲੈਵਲ 'ਤੇ ਵੀ ਜਿਹੜਾ ਡਿਜੀਟਲ ਪਲੇਟਫਾਰਮਾਂ ਨੂੰ ਯੂਜ਼ ਕਰਕੇ ਮੇਲਾਂ ਵੀ ਪਾਉਂਦੇ ਰਹਿੰਦੇ ਹਾਂ, ਚਿੱਠੀਆਂ ਵੀ ਲਿਖਦੇ ਰਹਿੰਦੇ ਹਾਂ। ਮੈਂ ਅਫਸੋਸ ਨਾਲ ਕਹਿੰਦਾ ਉਹਨਾਂ ਦਾ ਕੋਈ ਅਸਰ ਨਹੀਂ ਹੈ, ਉਹਨਾਂ ਦਾ ਸਾਨੂੰ ਕੋਈ ਜਵਾਬ ਵੀ ਨਹੀਂ ਆਇਆ, ਨਾ PMO ਤੋਂ ਨਾ CMO ਤੋਂ। ਔਰ ਜਿਹੜੀ ਦੂਜੀ ਗੱਲ ਹੈ ਤੁਹਾਡੀ ਕਹਿਣ ਦੀ ਕਿ ਅਸੀਂ ਪਿਛਲਾ 1.5-2 ਮਹੀਨੇ ਤੋਂ ਮੈਂ ਖੁਦ ਵੀ ਬੜੀ ਸਮੱਸਿਆ 'ਚ ਰਿਹਾ, ਘਰੇਲੂ ਸਮੱਸਿਆ ਕਰਕੇ, ਮਾਤਾ ਜੀ ਵੀ ਸਾਥ ਛੱਡ ਕੇ ਚਲੇ ਗਏ ਕਰੋਨਾ ਕਰਕੇ, ਅਤੇ ਇਹ ਮੇਰੇ ਮੈਂਬਰ ਮੇਰੇ ਨਾਲ ਡਿਸਕਸ ਵੀ ਕਰਦੇ, ਪਿਛਲੇ ਹਫ਼ਤੇ ਹੀ ਡਿਸਕਸ਼ਨ ਹੋਈ ਹੈ ਔਰ ਇਹ ਫੈਸਲਾ ਲਿਆ ਗਿਆ ਕਿ 2-4 ਦਿਨ ਦੇ ਵਿੱਚ ਕੋਵਿਡ ਦੀ ਪਾਲਣਾ ਕਰਦੇ ਹੋਏ
कोई लंबा कट्ठ नहीं करांगे, 8-10 बंदे ही असी फटियां लैके विश्वकर्मा चौंक बैठ का फैसला कर लिया, क्योंकि जिते प्राइम स्टील प्रोड्यूसर सानू लुट्टन लगे हुए ने उन्होंने तो लुट्टना लिया ही होया ना, उन्होंने कार्टल बनाया ही होया। और साडे मासी दे पुत जिन्हों असी कहिंदे सीगे जिहड़े लोकल स्टील प्रोड्यूसर जिहड़े कि साडी रीढ़ दी हड्डी ने, जिथों कि असी मेजर रॉ मटीरियल प्रक्योर करते हैं, इन्होंने भी बहिंदी गंगा च हत्थ धोए ने, इन्होंने भी सानू लुट्टन दे विच कोई कसर नहीं छड्डी। मतलब तुसीं कह रहे हो खरबूजे नूं देख के खरबूजे ने रंग बदल लिया, रंग भी बदलिया और ऐसा बदलिया कि सानू मतलब कहिंदे ने पानी बिना पानी पिला के कुट कुट के मारते पे है। इन्हों का की होया कि पहला इन्हों की जी टीम होंगी सी रोलिंग मिल दी जां फरनस वालों की, साडा आपस भाईचारा होंदा सीगा, असी कोई भी मुद्दा बैठ के डिस्कस करते होंदे सी। अमरजीत सिंह बेदी हुण नहीं रहे, बड़ी नेक आत्मा होंदे सी, साडी गल नूं सुणदे सी, गरग साहब सुणदे सी, देव साहब सुणदे सी। हुण इन्हां ने की कीता, जदों कोविड होया उदों इन्हां ने एक नवीं टीम अपनी बना ली है। और नवीं टीम ने की किया, सब तो पहला साडे भार रखिया, उन्होंने देखा भी किन्ना कु भार सहिंदे, उन्होंने पहला तो की कहिंदे ने कि लोडिंग अनलोडिंग 100 रुपया लाना शुरू करता, फिर उन्होंने कंड के पैसे लाने शर्त लैने शुरू करते और लोग देन लग पे। हालांकि मैं रौला पाया, मीटिंग भी हुई, पर उन्होंने तो कोई अपना साडी गल नहीं मनी, अपनी गल नहीं मनाई। इन्होंने फिर देखा लै भी ये भार तो चल गए, फिर उन्होंने की किया, जो कुल्फी का रेट है, पहला की होंगे संदीप जी कुल्फी के रेट के उपर ये अपनी कन्वर्शन लाते होंगे सके, हूँ इन्होंने की किया जिमें कुल्फी का आप 45 रुपये लै लीए फॉर एन एग्जाम्पल, ये हूँ की करते हैं 1500 रुपया होर लगा ला पे सी डी, जिन्हों के शर्म आप कहने मुनाफाखोरी, पहला कोई नहीं लगता, हूँ सी डी ला के 1500 रुपया उदो पर कन्वर्शन लाते हैं। और मज़ेदार गल है, जो कि उन्होंने को बंदा सी डी से माल खरीदा उन्होंने 500 रुपया टन सी डी देंगे, 1000 रुपया टन उस भी खा गए। मतलब तुसी कह दी गल है भी जदों तो नवी टीम ने टेक ओवर किया, 4-5 बंदे ने बैठ के सिंडीकेट बना लिया, इन्होंने मतलब टोटल जिहड़े लुधियाने दे पंजाब दे एमएससी सीगे इन्हां नूं लुट्टना शुरू करता होया। और ये लुट्ट सुट जिहड़ी असी लोकल प्रशासन नूं सीएम साहब तों वी मंग करदे हैं कि मुनाफाखोरी अपने आप च इक जुर्म है, ये मुनाफाखोरी रोकी जाए, इन्हां ते एक्शन लिया जाए। असी इहदे खिलाफ और कुछ ही दिनों के देखो कि भरा विश्वकर्मा चौंक की फट्टी लगे खड़ा होगा। पर इतने आरोप तो बड़े होर लग रहे हैं, माफ़ करना असी नहीं कह रहे, पर तुहाडी इंडस्ट्री वाले कुछ मैं नाम नहीं लै सकता, पर वो कह रहे हैं कि प्रधानां दे तां शायद इह जी गल्लां कीतियां जा रही, प्रधानां दे तां शायद कोटे लग गए हैं, तो प्रधान हुण इसलिए आवाज़ां नहीं चकते, तो ये तो नहीं तुसीं हुण खाना पूर्ति करन लई असी अज असी आवाज़ चक्की असी अज तुहाडे तक पहुँचे तो तुसीं कह रहे हो असी धरना भी लावांगे, इह जी गल क्यों? संदीप जी मैं मतलब प्रभु नूं हाजर नजर जान के कहना, दो दिन पहला ही मेरे मैंबरां ने मेरे नाल सवाल पुछा सीगा, मतलब क्लीयर हो गया असी अपने वालों क्वेश्चन नहीं पुछ रहे, बिल्कुल पुछा सी। मैं उन्होंने यही कहा सीगा कि 2-4 दिन दे विच आपां इक रणनीति लैके आने हैं, आपां दोबारा अपनी एजिटेशन शुरू कर दें, क्योंकि एजिटेशन जब तक पुत नहीं ना रोंदा मां भी दुध नहीं दिंदी, एजिटेशन करनी पैनी है। और ये एजिटेशन का ऐलान अज थ्रू जनतैशी असी ऐलान कर रहे हैं, आने वाले 2-4 दिनों के रूपरेखा दे के तुसीं देखोगे कि फास्टनर मैनुफैक्चर एसोसीएशन ऑफ इंडिया उत्थे खड़ी होगी। मैं तुहाडे मार्फत अपने लाइक माइंडेड दोस्तों भी बेनती करदा कि जिहड़ा भी असी प्रोग्राम लिखी उह साडा अपना इंडिविजुअल प्रोग्राम नहीं, असी वाहवा कोई नहीं खटनी, जिदा पहला आपां मिल के लड़े आपां हुण भी मिल के लड़ीए, जे मिलांगे इकट्ठे हो गए लड़ांगे, ठीक है कोविड है आपां ज़्यादा बंदे नहीं कट करांगे, आपां प्रोग्राम लीक लाँगे 15-20 बंदे इकट्ठे डिस्टेंस से खड़े होकर, रोज़ के 4-4, 5-5 भी इकट्ठे हो सकते हैं लड़ीवार तरीके, एक दिन एक दी ड्यूटी, एक दिन एक दी गल है कि वेयर देयर इज़ ए विल देयर इज़ ए वे, पहला विल तो क्रिएट करो, लोग तो यह कह रहे कि हुण विल ही नहीं हैगी प्रधानां दी, नहीं जी विल पावर पूरी है और विल पावर दिखाई भी जाऊगी सानू जगाण वास्ते। मैं तुहाडा भी धन्नवाद करदा, क्योंकि कई बार की होंगे कि बंदे जिवें हनुमान जी सी ना उन्हें दसना पिया तेरी ताकत की है, तो हूँ जी ताकत जी दसू दिखानी पैनी, आप अपने आप को हनुमान कह रहे हो, असी यही दिखा रहे नहीं, असी कह नहीं रहे, मतलब एक इनडायरैक्टली है भी जो कोई किसी जगाता उन्होंने अपनी ताकत याद आती है, असी उ हैं जिहड़े 2004 च प्रधानमंत्री दफ्तर पहुँच के एक दिन च 4000 रुपया रेट कटा कटा के आ गए थे, 2008 मनीष तिवाड़ी नाल डॉक्टर मनमोहन सिंह को जाके सारे गल्लां मना के आए थे, तो हूँ भी असी गल्लां मनाउण दा दम रखते हैं, ठीक है असी कोविड करके थोड़ा जिहा स्लो हो गए थे, पर हुण इह मनदे पए आ भी चाहे कोविड है पर साडी लुट्ट इन्हां ने करती शुरू ना, वो लुट्ट नूं बचाउण दी कहता अगर नहीं उठते, अगर असी नहीं जागते असी सारे मर जावांगे, साडियां इंडस्ट्रियां बंद हो जाणगियां, काम कार वैसे ही आनेगा। तो मैं ऐलान करदा कि थोड़े ही समय से 2-4 दिन के सानू विश्वकर्मा चौंक दे विच फट्टियां लैके खड़े देखोगे।
ਸੋ ਇਹਦੇ ਵਿੱਚ ਇੱਕ ਹੋਰ ਗੱਲ ਇਹ ਕਰਨੀ ਚਾਹਾਂਗੇ ਭਵਰਾ ਸਾਹਿਬ ਕਿ ਜਿੱਦਾਂ ਤੁਸੀਂ ਦੱਸਿਆ ਕਿ ਇਹਦਾ ਕੋਈ ਪਰਮਾਨੈਂਟ ਹੈਲ ਨਹੀਂ ਹੈ, ਜਿੱਦਾਂ ਤੁਹਾਡੀ ਗੱਲ ਤੋਂ ਹੀ ਸਾਨੂੰ ਯਾਦ ਆਇਆ ਕਿ ਤੁਸੀਂ ਕਿਹਾ 2004 'ਚ ਵੀ ਇੱਦਾਂ ਸੀ, ਫਿਰ 2008 'ਚ ਵੀ ਸਾਨੂੰ ਲੜਾਈ ਲੜਨੀ ਪਈ। ਅਸੀਂ ਇੰਡੀਆ 'ਚ ਰਹਿੰਦੇ ਹਾਂ, ਅਸੀਂ ਕੋਈ ਆਜ਼ਾਦੀ ਦੀ ਲੜਾਈ ਤਾਂ ਲੜ ਨਹੀਂ ਰਹੇ ਜਿੱਦਾਂ ਇੰਨੇ ਸਾਲ ਲੱਗ ਗਏ ਸੀ। ਸੋ ਇਹ ਵੀ ਕੋਈ ਆਜ਼ਾਦੀ ਦੀ ਲੜਾਈ ਵਰਗੀ ਲੜਾਈ ਲੜਨੀ ਪਊਗੀ ਕਿ ਇਹ ਹਰ ਵਾਰ ਲਈ ਇਹਦਾ ਕੋਈ ਪਰਮਾਨੈਂਟ ਸਲੂਸ਼ਨ ਨਹੀਂ ਹੈਗਾ। ਅਫਸੋਸ ਦੀ ਗੱਲ ਆ ਸੰਦੀਪ ਜੀ ਕਿ ਇਹਦਾ ਕੋਈ ਪਰਮਾਨੈਂਟ ਸਲੂਸ਼ਨ ਨਹੀਂ ਹੈਗਾ। ਸਲੂਸ਼ਨ ਕਦੋਂ ਬਣਨਾ? ਡਾਕਟਰ ਮਨਮੋਹਨ ਸਿੰਘ ਬੜੇ ਇਕੋਨੋਮਿਸਟ ਸੀਗੇ, ਲੁਧਿਆਣੇ ਆਏ, ਅਸੀਂ ਉਹਨਾਂ ਨੂੰ ਸਥਿਰ ਰੈਗੂਲੇਟਰ ਬਾਰੇ ਗੱਲ ਕੀਤੀ, ਉਹ ਸਥਿਰ ਰੈਗੂਲੇਟਰ ਦੀ ਗੱਲ ਮੰਨ ਕੇ ਗਏ। ਅਫਸੋਸ ਅਸੀਂ ਨਹੀਂ ਜਾਣਦੇ ਕਿੰਨਾ ਕਰਨਾ ਕਰਕੇ ਸਥਿਰ ਰੈਗੂਲੇਟਰ ਨਹੀਂ ਬਣਿਆ। ਅਸੀਂ ਇਸ ਰਿਕਾਰਡ ਤੋਂ ਵੀ ਮੰਗ ਕੀਤੀ ਹੈ ਵੀ ਰੈਗੂਲੇਟਰ ਕੀ ਹੈਗਾ। ਸਥਿਰ ਰੈਗੂਲੇਟਰ ਸਰ ਜਿੱਦਾਂ TRAI ਬਣਾਇਆ ਹੋਇਆ, ਉਹ 'ਚ ਹੁਣ ਟੈਲੀਫੋਨ ਦੀ ਅਗਰ ਕੋਈ ਦਰਾਂ ਵਧਾਉਣੀਆਂ ਨੇ ਘਟਾਉਣੀਆਂ ਨੇ ਕੁਛ ਵੀ ਕਰਨਾ, ਟਰਾਈ ਉਹ ਪਹਿਲਾਂ ਟਰਾਈ ਸਰਕਾਰ ਕੋਲ ਆਪਣੀ ਮੰਗ ਰੱਖਦੀ ਹੈ, ਸਰਕਾਰ ਫਿਰ ਉਹਨੂੰ ਦੇਖਦੀ ਹੈ ਵੀ ਇਹਨੂੰ ਇਹ ਜਾਇਜ਼ ਆ ਕਿ ਨਹੀਂ ਹੈ। ਅਗਰ ਉਹ ਜਾਇਜ਼ ਹੁੰਦੀ ਹੈ ਤਾਂ ਰੇਟ ਵਧਦੇ। ਤੁਸੀਂ ਦੇਖੋ ਕਿਉਂਕਿ ਪਹਿਲਾਂ ਟੈਲੀਫੋਨ ਦੀ ਕਾਲ ਦੇ ਕਿੰਨੇ ਰੇਟ ਹੁੰਦੇ ਸੀਗੇ, ਹੁਣ ਜਦੋਂ ਦੀ ਟਰਾਈ ਬਣੀ ਹੈ ਇਹਦੇ ਰੇਟ ਘਟੇ ਹੈ। ਸਿਮਿਲਰਲੀ ਅਗਰ ਸਥਿਰ ਰੈਗੂਲੇਟਰ ਬਣ ਜਾਊਗਾ, ਉਹ ਇੱਕ ਅਥਾਰਟੀ ਬਣ ਜਾਊਗੀ, ਉਸ ਅਥਾਰਟੀ ਕੋਲ ਇਹਨਾਂ ਨੂੰ ਪੁੱਟਅਪ ਕਰਨਾ ਪਊਗਾ ਵੀ ਜੇ ਅਸੀਂ ਸਟੀਲ ਦੇ ਰੇਟ ਵਧਾਉਂਦੇ ਹਾਂ ਤਾਂ ਸਾਡੀ ਕਿਹੜੀ ਕੋਸਟ ਵਧੀ ਹੈ। ਇਹ ਨਹੀਂ ਵੀ ਕਾਰਡਰ ਬਣਾ ਲਿਆ, ਦੇਖਿਆ ਵੀ ਲੈ ਵੀ ਇਸ ਵੇਲੇ ਇੰਟਰਨੈਸ਼ਨਲ ਮਾਰਕੀਟ ਦੇ ਵੀ ਡਿਮਾਂਡ ਵੱਧ ਗਈ ਹੈ ਅਤੇ ਫੱਟੇ ਚੱਕ ਦਿਓ, ਅਤੇ ਉਹਦੇ ਨਾਲ ਨਾਲ ਹੀ ਜਿਹੜੇ ਸਾਡੇ ਮਾਸੀ ਦੇ ਪੁੱਤ ਨੇ ਲੋਕਲ ਸੀਡ ਪ੍ਰੋਡਿਊਸਰ ਨੇ, ਇਹ ਜਦੋਂ ਦੇਖਦਾ ਲੈ ਵੀ ਇਹ ਜਿਹੜੇ ਮੇਨ ਪ੍ਰੋਡਿਊਸਰ ਨੇ ਰੇਟ ਵਧਾਤੇ, ਪਿੱਛੇ ਰੇਟ ਵਧਾ ਦਿੰਦੇ ਨੇ। ਸੋ ਇਹਦਾ ਪਰਮਾਨੈਂਟ ਹੱਲ ਤਾਂ ਇਹੀ ਆ ਕਿ ਸਟੀਲ ਰੈਗੂਲੇਟਰ ਬਣੇ ਔਰ ਸਟੀਲ ਪ੍ਰਾਈਸ ਚੈੱਕ ਕਰੇ। ਜਦੋਂ ਸੈਂਟਰਲ ਲੈਵਲ 'ਤੇ ਸਟੀਲ ਦੇ ਪ੍ਰਾਈਸ ਸਟੇਬਲ ਰਹਿਣਗੇ ਤਾਂ ਜਿਹੜੇ ਲੋਕਲ ਸੀਡ ਪ੍ਰੋਡਿਊਸਰ ਨੇ ਇਹ ਕਦੇ ਵੀ ਰੇਟ ਨਹੀਂ ਵਧਾਉਣਗੇ, ਇਹ ਉਹਦੇ ਹਿਸਾਬ ਨਾਲ ਚੱਲਣਗੇ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਜੀ। ਅਤੇ ਦੋਸਤੋ ਇਹ ਸੀਗੇ ਨਰਿੰਦਰ ਭਵਰਾ ਜੀ, ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਮੰਗ ਕੀਤੀ ਹੈ ਕਿ ਜਦ ਤੱਕ ਟਰਾਈ ਦੀ ਤਰਜ਼ 'ਤੇ ਇੰਡੀਆ ਦੇ ਵਿੱਚ ਸਟੀਲ ਮੈਨੂਫੈਕਚਰਰਸ 'ਤੇ ਵੀ ਇੱਕ ਨਕੇਲ ਨਹੀਂ ਬਣੀ ਜਾਏਗੀ, ਇੱਕ ਕਮਿਸ਼ਨ ਨਹੀਂ ਬਣੇਗਾ ਜਿਹਦਾ ਕਿ ਰੇਟ ਰੈਗੂਲਰਿਟੀ ਕਮਿਸ਼ਨ ਹੋਣਾ ਚਾਹੀਦਾ ਸਟੀਲ ਦਾ, ਜਿਹੜਾ ਕਿ ਇਹਨਾਂ 'ਤੇ ਨਕੇਲ ਪਸੇਗਾ, ਜਿਹਦੇ ਤੋਂ ਹੀ ਅਪਰੂਵ ਹੋ ਕੇ ਨਵੇਂ ਜਿਹੜੀ ਸਟੀਲ ਦੇ ਰੇਟ ਵਧਾਏ ਜਾ ਸਕਣਗੇ, ਉਸ 'ਚ ਕੰਸਿਡਰੇਸ਼ਨ ਤੋਂ ਬਾਅਦ ਹੀ ਵਧਣਗੇ। ਜਦ ਤੱਕ ਮਤਲਬ ਇੱਕ ਚੈੱਕ ਸਿਸਟਮ ਨਹੀਂ ਲੱਗੇਗਾ ਉਦੋਂ ਤੱਕ ਇਹ ਸਟੀਲ ਜਿਹੜੇ ਵੱਡੀਆਂ ਕੰਪਨੀਆਂ ਹੈਗੀਆਂ ਇਹ ਕਾਟਲ ਬਣਾ ਕੇ ਲੁੱਟਾਂ ਖੋਹਾਂ ਕਰਦੇ ਰਹਿਣਗੇ, ਅਤੇ ਦੇਸ਼ ਦੀ MSME ਮਾਈਕਰੋ ਖਤਮ ਕਰਨ ਤੋਂ ਬਾਅਦ ਹੁਣ MSME ਸੈਕਟਰ ਨੂੰ ਵੀ ਖਤਮ ਕਰਨ ਵਰਗੀਆਂ ਹਰਕਤਾਂ ਕਰਦੇ ਰਹਿਣਗੇ। ਸੋ ਇਹ ਸੀ ਨਰਿੰਦਰ ਭਵਰਾ ਜੀ ਦੇ ਜਿਹੜੇ ਵਿਚਾਰ। ਇੱਦਾਂ ਹੀ ਵੱਖ ਵੱਖ ਮੁੱਦਿਆਂ ਨਾਲ ਵੱਖ ਵੱਖ ਐਕਸਪਰਟਸ ਦੀ ਤੁਹਾਡੇ ਤੱਕ ਰਾਏ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ, ਬਣੇ ਰਹੋ ਜਾਣੇ।